ਸਾਈਕਲ ਤੇ ਆ ਰਹੇ ਇਹ ਦੋ ਚੋਰ ਸਾਈਕਲ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਤੇ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਜਾਂਦੀ ਆ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਦੋ ਚੋਰ ਸਾਈਕਲ ਤੇ ਆਉਂਦੇ ਨੇ ਤੇ ਉਹਨਾਂ ਵਿੱਚੋਂ ਇੱਕ ਸਾਈਕਲ ਤੋਂ ਥੱਲੇ ਉਤਰਦਾ ਤੇ ਸਾਈਕਲ ਦਾ ਲੌਕ ਤੋੜਦਾ ਤੇ ਸਾਈਕਲ ਚੋਰੀ ਕਰਕੇ ਫਰਾਰ ਹੋ ਜਾਂਦਾ। ਚੋਰੀ ਦੀ ਇਹ ਘਟਨਾ ਚੰਡੀਗੜ੍ਹ ਦੇ ਸੈਕਟਰ 24 ਤੋਂ ਸਾਹਮਣੇ ਆਈ ਹੈ। ਚੋਰਾਂ ਨੇ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਤੜਕੇ ਕਰੀਬ 5:30 ਵਜੇ ਦਿੱਤਾ, ਜਿਸ ਤੋਂ ਬਾਅਦ ਸਾਈਕਲ ਮਾਲਕ ਨੇ ਇਸਦੀ ਸਾਰੀ ਜਾਣਕਾਰੀ ਪੁਲਿਸ ਨਾਲ ਸਾਂਝੀ ਕੀਤੀ। ਫਿਲਹਾਲ ਪੁਲਿਸ ਸੀਸੀਟੀਵੀ ਦੇ ਆਧਾਰ ਤੇ ਚੋਰਾਂ ਦੀ ਭਾਲ ਕਰ ਸਵੇਰੇ 5:30 ਵਜੇ 6 ਵਜੇ ਹਮ ਉੱਠੇ ਤੇ 6 ਵਜੇ ਹਮਨੇ ਬਾਹਰ ਦੇਖਿਆ ਤੋ ਹਮਾਰਾ ਸਾਈਕਲ ਥਾ ਨਹੀਂ ਵਹਾਂ ਪੇ ਜਹਾਂ ਪੇ ਹਮ ਰੋਜ਼ ਖੜਾ ਕਰਤੇ ਹੈ। ਤੋ ਵੀਡੀਓ ਫੁਟੇਜ ਦੇਖੀ ਹਮਨੇ ਆਪਣੀ ਘਰ ਕੀ, ਤੋ ਦੇਖਾ ਕਿ 5:30 ਵਜੇ ਦੋ ਲੜਕੇ ਆਏ ਥੇ, ਆਪਣੀ ਸਾਈਕਲ ਲੈ ਕੇ ਆਏ ਥੇ, ਸਾਥ ਮੇਂ ਹਥਿਆਰ ਵੀ ਥੇ ਉਨਕੇ ਪਾਸ, ਡੰਡੇ ਥੇ, ਬੈਗ ਵੀ ਥਾ ਉਨਕੇ ਪਾਸ। ਆ ਕੇ ਇੱਕ ਬੰਦਾ ਪਿੱਛੇ ਖੜਾ ਹੋ ਗਿਆ, ਦੂਸਰੇ ਬੰਦੇ ਨੇ ਈਵਨ ਕਿ 3-4 ਸੈਕਿੰਡ ਮੇਂ ਸਾਈਕਲ ਕਾ ਲੋਕ ਤੋੜਾ ਔਰ 30 ਸੈਕਿੰਡ ਮੇਂ ਪੂਰੇ ਟੋਟਲੀ ਵਾਰਦਾਤ ਕਰਕੇ ਹਮਾਰਾ ਸਾਈਕਲ ਲੈ ਕੇ ਨਿਕਲ ਗਏ। ਸਾਈਕਲ ਬਹੁਤ ਮਤਲਬ 1.5 ਸਾਲ ਪੁਰਾਣਾ ਥਾ, ਬਿਲਕੁਲ ਬ੍ਰੈਂਡ ਨਿਊ ਥਾ। ਹਮਨੇ ਫਿਰ 100 ਨੰਬਰ ਪੇ ਕਾਲ ਕਰੀ, ਉਨਕੀ PCR ਆ ਗਈ ਸਾਥ ਕੇ ਸਾਥ, ਉਸਕੇ ਬਾਅਦ ਥਾਣੇ ਵਾਲੇ ਲੋਕਲ ਜੋ ਚੌਕੀ ਹੈ ਵੋ ਉਨਕੇ ਬੰਦੇ ਵੀ ਆ ਗਏ ਥੇ। ਹਮਨੇ ਰਿਟਨ ਮੇਂ ਕੰਪਲੇਂਟ ਦੇ ਦੀ ਹੈ, ਵੋ ਆਪਣੀ ਕਾਰਵਾਈ ਕਰ ਰਹੇ ਹੈ, ਫੋਟੋਜ਼ ਵੋ ਲੈ ਗਏ ਹੈ ਔਰ ਕਹਤੇ ਕਿ ਇਨਸ਼ੋਰ ਕਰਕੇ ਗਏ, ਜਿਤਨੀ ਜਲਦੀ ਹੋ ਸਕੇ ਕਾਰਵਾਈ ਕਰ ਡਾਲ ਦੇਂਗੇ ਔਰ ਆਪਕਾ ਸਾਈਕਲ ਬਰਾਮਦ ਕਰ ਲੇਂਗੇ। ਹਮੇਂ ਪੂਰੀ ਆਸ਼ਾ ਹੈ ਕਿ ਜੋ ਚੌਕੀ ਹਮਾਰੇ ਹੈ ਕੰਸਰਨ ਚੌਕੀ ਵਾਲੇ, ਵੋ ਹਮਾਰੀ ਪੂਰੀ ਮਦਦ ਕਰ ਰਹੇ ਹੈ ਇਸ ਮੈਟਰ। ਸਾਈਕਲ ਤੇ ਆ ਰਹੇ ਇਹ ਦੋ ਚੋਰ ਸਾਈਕਲ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਤੇ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਜਾਂਦੀ ਆ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਦੋ ਚੋਰ ਸਾਈਕਲ ਤੇ ਆਉਂਦੇ ਨੇ ਤੇ ਉਹਨਾਂ ਵਿੱਚੋਂ ਇੱਕ ਸਾਈਕਲ ਤੋਂ ਥੱਲੇ ਉਤਰਦਾ ਤੇ ਸਾਈਕਲ ਦਾ ਲੌਕ ਤੋੜਦਾ ਤੇ ਸਾਈਕਲ ਚੋਰੀ ਕਰਕੇ ਫਰਾਰ ਹੋ ਜਾਂਦਾ। ਚੋਰੀ ਦੀ ਇਹ ਘਟਨਾ ਚੰਡੀਗੜ੍ਹ ਦੇ ਸੈਕਟਰ 24 ਤੋਂ ਸਾਹਮਣੇ ਆਈ ਹੈ। ਚੋਰਾਂ ਨੇ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਤੜਕੇ ਕਰੀਬ 5:30 ਵਜੇ ਦਿੱਤਾ, ਜਿਸ ਤੋਂ ਬਾਅਦ ਸਾਈਕਲ ਮਾਲਕ ਨੇ ਇਸਦੀ ਸਾਰੀ ਜਾਣਕਾਰੀ ਪੁਲਿਸ ਨਾਲ ਸਾਂਝੀ ਕੀਤੀ। ਫਿਲਹਾਲ ਪੁਲਿਸ ਸੀਸੀਟੀਵੀ ਦੇ ਆਧਾਰ ਤੇ ਚੋਰਾਂ ਦੀ ਭਾਲ ਕਰ ਸਵੇਰੇ 5:30 ਵਜੇ 6 ਵਜੇ ਹਮ ਉੱਠੇ ਥੇ 6 ਵਜੇ ਹਮਨੇ ਬਾਹਰ ਦੇਖਿਆ ਤੋ ਹਮਾਰਾ ਸਾਈਕਲ ਥਾ ਨਹੀਂ ਵਹਾਂ ਪੇ ਜਹਾਂ ਪੇ ਹਮ ਰੋਜ਼ ਖੜਾ ਕਰਤੇ ਹੈ। ਤੋ ਵੀਡੀਓ ਫੁਟੇਜ਼ ਦੇਖੀ ਹਮਨੇ ਆਪਣੀ ਘਰ ਕੀ, ਤੋ ਦੇਖਾ ਕਿ 5:30 ਵਜੇ ਦੋ ਲੜਕੇ ਆਏ ਥੇ, ਆਪਣੀ ਸਾਈਕਲ ਲੈ ਕੇ ਆਏ ਥੇ, ਸਾਥ ਮੇਂ ਹਥਿਆਰ ਵੀ ਥੇ ਉਨਕੇ ਪਾਸ, ਡੰਡੇ ਥੇ, ਬੈਗ ਵੀ ਥਾ ਉਨਕੇ ਪਾਸ। ਆ ਕੇ ਇੱਕ ਬੰਦਾ ਪਿੱਛੇ ਖੜਾ ਹੋ ਗਿਆ, ਦੂਸਰੇ ਬੰਦੇ ਨੇ ਈਵਨ ਕਿ 3-4 ਸੈਕਿੰਡ ਮੇਂ ਸਾਈਕਲ ਕਾ ਲੋਕ ਤੋੜਾ ਔਰ 30 ਸੈਕਿੰਡ ਮੇਂ ਪੂਰੇ ਟੋਟਲੀ ਵਾਰਦਾਤ ਕਰਕੇ ਹਮਾਰਾ ਸਾਈਕਲ ਲੈ ਕੇ ਨਿਕਲ ਗਏ। ਸਾਈਕਲ ਬਹੁਤ ਮਤਲਬ 1.5 ਸਾਲ ਪੁਰਾਣਾ ਥਾ, ਬਿਲਕੁਲ ਬ੍ਰੈਂਡ ਨਿਊ ਥਾ। ਹਮਨੇ ਫਿਰ 100 ਨੰਬਰ ਪੇ ਕਾਲ ਕਰੀ, ਉਨਕੀ PCR ਆ ਗਈ ਸਾਥ ਕੇ ਸਾਥ, ਉਸਕੇ ਬਾਅਦ ਥਾਣੇ ਵਾਲੇ ਲੋਕਲ ਜੋ ਚੌਕੀ ਹੈ ਵੋ ਉਨਕੇ ਬੰਦੇ ਵੀ ਆ ਗਏ ਥੇ। ਹਮਨੇ ਰਿਟਨ ਮੇਂ ਕੰਪਲੇਂਟ ਦੇ ਦੀ ਹੈ, ਵੋ ਆਪਣੀ ਕਾਰਵਾਈ ਕਰ ਰਹੇ ਹੈ, ਫੋਟੋਜ਼ ਵੋ ਲੈ ਗਏ ਹੈ ਔਰ ਕਹਤੇ ਕਿ ਇਨਸ਼ੋਰ ਕਰਕੇ ਗਏ, ਜਿਤਨੀ ਜਲਦੀ ਹੋ ਸਕੇ ਕਾਰਵਾਈ ਕਰ ਡਾਲ ਦੇਂਗੇ ਔਰ ਆਪਕਾ ਸਾਈਕਲ ਬਰਾਮਦ ਕਰ ਲੇਂਗੇ। ਹਮੇਂ ਪੂਰੀ ਆਸ਼ਾ ਹੈ ਕਿ ਜੋ ਚੌਕੀ ਹਮਾਰੇ ਹੈ ਕੰਸਰਨ ਚੌਕੀ ਵਾਲੇ, ਵੋ ਹਮਾਰੀ ਪੂਰੀ ਮਦਦ ਕਰ ਰਹੇ ਹੈ ਇਸ ਮੈਟਰ। ਸਾਈਕਲ ਤੇ ਆ ਰਹੇ ਇਹ ਦੋ ਚੋਰ ਸਾਈਕਲ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਤੇ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਜਾਂਦੀ ਆ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਦੋ ਚੋਰ ਸਾਈਕਲ ਤੇ ਆਉਂਦੇ ਨੇ ਤੇ ਉਹਨਾਂ ਵਿੱਚੋਂ ਇੱਕ ਸਾਈਕਲ ਤੋਂ ਥੱਲੇ ਉਤਰਦਾ ਤੇ ਸਾਈਕਲ ਦਾ ਲੌਕ ਤੋੜਦਾ ਤੇ ਸਾਈਕਲ ਚੋਰੀ ਕਰਕੇ ਫਰਾਰ ਹੋ ਜਾਂਦਾ। ਚੋਰੀ ਦੀ ਇਹ ਘਟਨਾ ਚੰਡੀਗੜ੍ਹ ਦੇ ਸੈਕਟਰ 24 ਤੋਂ ਸਾਹਮਣੇ ਆਈ ਹੈ। ਚੋਰਾਂ ਨੇ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਤੜਕੇ ਕਰੀਬ 5:30 ਵਜੇ ਦਿੱਤਾ, ਜਿਸ ਤੋਂ ਬਾਅਦ ਸਾਈਕਲ ਮਾਲਕ ਨੇ ਇਸਦੀ ਸਾਰੀ ਜਾਣਕਾਰੀ ਪੁਲਿਸ ਨਾਲ ਸਾਂਝੀ ਕੀਤੀ। ਫਿਲਹਾਲ ਪੁਲਿਸ ਸੀਸੀਟੀਵੀ ਦੇ ਆਧਾਰ ਤੇ ਚੋਰਾਂ ਦੀ ਭਾਲ ਕਰ ਸਵੇਰੇ 5:30 ਵਜੇ 6 ਵਜੇ ਹਮ ਉੱਠੇ ਥੇ 6 ਵਜੇ ਹਮਨੇ ਬਾਹਰ ਦੇਖਿਆ ਤੋ ਹਮਾਰਾ ਸਾਈਕਲ ਥਾ ਨਹੀਂ ਵਹਾਂ ਪੇ ਜਹਾਂ ਪੇ ਹਮ ਰੋਜ਼ ਖੜਾ ਕਰਤੇ ਹੈ। ਤੋ ਵੀਡੀਓ ਫੁਟੇਜ਼ ਦੇਖੀ ਹਮਨੇ ਆਪਣੀ ਘਰ ਕੀ, ਤੋ ਦੇਖਾ ਕਿ 5:30 ਵਜੇ ਦੋ ਲੜਕੇ ਆਏ ਥੇ,
अपनी साइकिल लेके आए थे, साथ में हथियार भी थे उनके पास, डंडे थे, बैग भी था उनके पास। आके एक बंदा पीछे खड़ा हो गया और दूसरे बंदे ने इवन की 3-4 सेकंड में साइकिल का लॉक तोड़ा और 30 सेकंड में पूरे टोटली वारदात करके हमारा साइकिल लेके निकल गए। साइकिल बहुत मतलब 1.5 साल पुराना था, बिल्कुल ब्रांड न्यू था। हमने फिर 100 नंबर पर कॉल करी, उनकी PCR आ गई साथ के साथ, उसके बाद थाने वाले लोकल जो चौकी हैं वो उनके बंदे भी आ गए थे। हमने रिटर्न में कंप्लेंट दे दी है, वो अपनी कार्रवाई कर रहे हैं, फोटेज वो ले गए हैं और कहते हैं कि इंश्योर करके गए जितनी जल्दी हो सके कार्रवाई कर डाल देंगे और आपका साइकिल बरामद कर लेंगे। हमें पूरी आशा है कि जो चौकी हमारे हैं कंसर्न चौकी वाले, वो हमारी पूरी मदद कर रहे हैं इसमें।